ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਇੱਕ ਸਿੱਖ ਹੋਇਆ ਲਾਹੌਰ ਵਿੱਚ। ਇਤਿਹਾਸ ਕਹਿੰਦਾ ਉਹਦੀ ਹੱਟ ਦੁਕਾਨ ਬਹੁਤ ਚੱਲ ਪਈ, ਜਿੱਥੇ ਬਹਿ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣੇ ਉਹ ਚੀਜ਼ਾਂ ਸੋਹਣੀਆਂ ਹੁੰਦੀਆਂ ਨੇ, ਤਰੱਕੀ ਹੁੰਦੀ ਹੈ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਵਾਰੇ, ਨਾਮ ਜਪਣ ਵਾਲਾ ਗੁਰਸਿੱਖ ਉਹਦਾ ਕਾਰੋਬਾਰ ਵੱਧਦਾ ਗਿਆ ਵੱਧਦਾ ਗਿਆ, ਉਹਨੇ ਧੰਦੇ ਵਿੱਚ ਵੀ ਬਹੁਤ ਤਰੱਕੀ ਕੀਤੀ। ਈਰਖਾ ਕਰਨ ਵਾਲੇ ਨਾਲ ਦੇ ਦੁਕਾਨਦਾਰਾਂ ਈਰਖਾ ਕਰ ਲਈ, ਜੈਲਸੀ ਕਰਦਿਆਂ ਈਰਖਾ ਕਰਦਿਆਂ ਉਹ ਦੁਕਾਨਦਾਰ ਨੇ ਸ਼ਾਹੂਕਾਰ ਨੂੰ ਜਾ ਕੇ, ਰਾਜੇ ਨੂੰ ਜਾ ਕੇ, ਨਵਾਬ ਨੂੰ ਸ਼ਿਕਾਇਤ ਕਰ ਦਿੱਤੀ ਕਿ ਜੀ ਜਿਹੜਾ ਫਲਾਨਾ ਬੰਦਾ ਉਹਨੇ ਨਵੀਂ ਦੁਕਾਨ ਖੋਲ੍ਹੀ ਹੈ, ਉਹ ਲੋਕਾਂ ਨਾਲ ਧੋਖਾ ਕਰ ਰਿਹਾ, ਲੋਕਾਂ ਨਾਲ ਬੇਈਮਾਨੀ ਕਰਦਾ, ਸੌਦਾ ਘੱਟ ਤੋਲਦਾ, ਲੋਕਾਂ ਨੂੰ ਲੁੱਟ ਰਿਹਾ, ਪੈਸੇ ਭਾਵੇਂ ਘੱਟ ਲੈ ਕੇ ਸੌਦਾ ਦਿੰਦਾ ਪਰ ਲੋਕਾਂ ਨੂੰ ਸੌਦਾ ਵੀ ਘੱਟ ਦਿੰਦਾ, ਲੋਕਾਂ ਨਾਲ ਬੇਈਮਾਨੀ ਕਰਦਾ ਜੀ, ਧੋਖਾ ਕਰਦਾ। ਉਹ ਬੰਦੇ ਦੀ ਤਫਤੀਸ਼ ਹੋਣੀ ਚਾਹੀਦੀ। ਹੁਣ ਨਵਾਬ ਸੀ, ਉਹਨੇ ਸ਼ਿਕਾਇਤ ਲਈ ਕਿ ਵੀ ਪੁਰਾਣੇ ਬੰਦੇ ਨੇ ਦੁਕਾਨਦਾਰ ਸ਼ਿਕਾਇਤ ਕਰ ਰਹੇ ਨੇ, ਇਹਨਾਂ ਬਾਰੇ ਅਮਲ ਕਰਨਾ ਚਾਹੀਦਾ, ਟੈਕਸ ਭਰਦੇ ਨੇ ਅਤੇ ਜੇ ਉਹ ਸ਼ਿਕਾਇਤ ਕਰ ਰਹੇ ਨੇ ਤਾਂ ਸੁਣਵਾਈ ਹੋਣੀ ਚਾਹੀਦੀ। ਉਹਨੇ ਆਪਣਾ ਅਮਲਾ ਵਿਭਾਗ ਘੱਲਿਆ ਵੀ ਜਿਹੜੇ ਤਫਤੀਸ਼ ਵਾਲੇ ਵਿਭਾਗ ਹੈ, ਜਾਓ ਬਈ ਉਹਦੀ ਤਫਤੀਸ਼ ਕਰੋ, ਉਹ ਕਿਤੇ ਸੌਦੇ ਘੱਟ ਤਾਂ ਨਹੀਂ ਤੋਲਦਾ, ਲੋਕਾਂ ਨਾਲ ਧੋਖਾ ਤਾਂ ਨਹੀਂ ਕਰਦਾ, ਬੇਈਮਾਨੀ ਤਾਂ ਨਹੀਂ ਕਰ ਰਿਹਾ। ਜਿਵੇਂ ਅੱਜ ਕੱਲ੍ਹ ਇਨਕਮ ਟੈਕਸ ਵਾਲੇ ਆ ਜਾਂਦੇ ਨੇ, ਇੱਦਾਂ ਉਹ ਰਾਜੇ ਦਾ ਘੱਲਿਆ ਹੋਇਆ ਚੈੱਕ ਕਰਨ ਵਾਲਾ ਵਿਭਾਗ ਆ ਗਿਆ ਅਤੇ ਕਹਿੰਦੇ ਨੇ ਉਹ ਸ਼ਿਕਾਇਤ ਕਰਨ ਵਾਲਿਆਂ ਨੂੰ ਪਤਾ ਸੀ ਕਿ ਅਸੀਂ ਸ਼ਿਕਾਇਤ ਕੀਤੀ ਹੈ, ਇੱਕ ਦੋ ਦਿਨਾਂ ਵਿੱਚ ਛਾਪਾ ਪੈਣਾ ਹੈ, ਇਹਦੀ ਦੁਕਾਨ ਚੈੱਕ ਹੋਣੀ ਹੈ, ਇਹਦਾ ਹੱਟ ਇਹਦੀ ਦੁਕਾਨ ਬੰਦ ਕਰਾਉਣੀ ਹੈ, ਇਹਨੂੰ ਇੱਥੋਂ ਬਾਜ਼ਾਰ ਵਿੱਚੋਂ ਕੱਢਣਾ ਹੈ। ਦੇਖੋ ਸਾਧ ਸੰਗਤ, ਇਹ ਗੱਲ ਯਾਦ ਰੱਖਿਓ, ਦੁਨੀਆਂ ਦੇ ਲੋਕ ਤੁਹਾਨੂੰ ਕੱਢਣ 'ਤੇ ਆ ਜਾਣ, ਰੱਬ ਵਸਾਉਣ 'ਤੇ ਆ ਜਾਏ ਕੋਈ ਤੁਹਾਨੂੰ ਕੱਢ ਨਹੀਂ ਸਕਦਾ। ਦੁਨੀਆਂ ਦੇ ਲੋਕ ਉਜਾੜਨ 'ਤੇ ਆ ਜਾਣ, ਰੱਬ ਤੁਹਾਨੂੰ ਵਸਾਉਣ 'ਤੇ ਆ ਜਾਏ ਕੋਈ ਉਜਾੜ ਹੀ ਨਹੀਂ ਸਕਦਾ। ਲੱਖਾਂ ਬਾਹਾਂ ਇੱਕ ਪਾਸੇ ਖੜੀਆਂ ਹੋ ਜਾਣ, ਤੁਹਾਡੇ ਵੱਲ ਗੁਰੂ ਦੀ ਨਜ਼ਰ ਰਵੇ ਤਾਂ ਲੱਖਾਂ ਬਾਹਾਂ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੀਆਂ। ਇਹ ਪਾਤਸ਼ਾਹ ਨੇ ਲਿਖ ਕੇ ਦਿੱਤਾ ਕਿ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਬ ਦਿਜੈ, ਜਾਮ ਗੁਰੂ ਹੋਏ ਵੱਲ ਲੱਖ ਮਾਹੇ ਕਿਆ ਕਿਜੈ। ਲੱਖਾਂ ਬਾਹਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ ਜੇ ਗੁਰੂ ਤੁਹਾਡੇ ਵੱਲ ਖਲੋ ਜਾ। ਉਹ ਦੁਕਾਨਦਾਰ ਬਾਜ਼ਾਰ ਵਾਲਿਆਂ ਨੇ ਸੋਚਿਆ ਵੀ ਇਹਨੂੰ ਬਾਜ਼ਾਰੋਂ ਕੱਢਣਾ ਹੈ, ਇਹਦੀ ਨਰਾਦਰੀ ਵੀ ਕਰਨੀ, ਇਹਦਾ ਹੱਟ ਬੰਦ ਕਰਾਉਣਾ, ਇਹਦਾ ਕਾਰੋਬਾਰ ਬੰਦ ਕਰਾਉਣਾ। ਉਹਨਾਂ ਸਲਾਹ ਨਾਲ ਫਿਰ ਦੋ ਚਾਰ ਦਿਨ ਪਹਿਲਾਂ ਹੀ ਉਹ ਸਿੱਖ ਦਾ ਦੁਕਾਨਦਾਰ ਦਾ ਨੌਕਰ ਖਰੀਦ ਲਿਆ, ਨੌਕਰ ਨੂੰ ਚੰਦ ਪੈਸਿਆਂ ਦਾ ਲਾਲਚ ਦਿੱਤਾ, ਪੈਸੇ ਦੇ ਕੇ ਖਰੀਦ ਕੇ ਕਿਹਾ ਵੀ ਜਿਹੜੇ ਤੱਕੜ ਦੇ ਨਾਲ ਉਹ ਸੌਦੇ ਤੋਲਦੇ ਨਾ ਸਿੱਖ, ਉਹਦੇ ਤੱਕੜ ਵਿੱਚ ਨੁਕਸ ਪਾ ਦੇ, ਇੱਕ ਪਾਸੇ ਪੰਜ ਸਕੂ ਲਾ ਦੇ, ਉਹਦਾ ਤੱਕੜ ਵਿਗੜ ਜਾਣਾ, ਜਦੋਂ ਚੈੱਕ ਹੋਣਗੇ ਤਫਤੀਸ਼ ਵਾਲੇ ਆਉਣਗੇ ਉਹਦਾ ਤੱਕੜ ਗਲਤ ਪਾਇਆ ਜਾਣਾ, ਉਹਦਾ ਹੱਟ ਸੀਲ ਹੋ ਜਾਣਾ, ਦੁਕਾਨ ਬੰਦ ਹੋ ਜਾਣੀ। ਨੌਕਰ ਖਰੀਦਿਆ, ਨੌਕਰ ਨੇ ਤੱਕੜੀ ਵਿਗਾੜ ਦਿੱਤੀ। ਤੁਹਾਨੂੰ ਪਤਾ ਪਹਿਲਾਂ ਹੱਥ ਵਿੱਚ ਪਕੜ ਕੇ ਜਿਹੜੀ ਤੱਕੜੀ ਤੋਲਦੇ ਸੀ ਉਹਨੂੰ ਪੰਜ ਸਕੂ ਪਾ ਦਿਓ, ਉਹ
ਤੋਲ ਵਿਗੜ ਜਾਂਦਾ ਸੀ। ਜਦੋਂ ਤੱਕੜ ਵਿਗਾੜ ਦਿੱਤਾ, ਦੋ ਦਿਨਾਂ ਬਾਅਦ ਤਫਤੀਸ਼ ਵਾਲੇ ਆ ਗਏ, ਸਿੱਖ ਨੂੰ ਉਹਦੇ ਹੱਟ ਤੋਂ ਪਰਾਂ ਬਿਠਾ ਦਿੱਤਾ, ਉਹਦੇ ਸੌਦੇ, ਉਹਦੇ ਬੱਟੇ, ਤੱਕੜ ਸਭ ਕੁਝ ਤੋਲਣਾ ਸ਼ੁਰੂ ਹੋਇਆ। ਬਈ ਸ਼ਿਕਾਇਤ ਆਈ ਹੈ ਤੂੰ ਘੱਟ ਸੌਦਾ ਤੋਲਦਾ, ਸ਼ਿਕਾਇਤ ਆਈ ਹੈ ਲੋਕਾਂ ਨਾਲ ਧੋਖਾ ਕਰਦਾ, ਪੈਸੇ ਵੱਧ ਲੈਂਦਾ ਅਤੇ ਨਾਪ ਘੱਟ ਤੋਲਦਾ ਤੂੰ। ਉਹ ਗੁਰੂ ਦਾ ਸਿੱਖ ਇੱਕ ਪਾਸੇ ਗੁਰੂ ਗੁਰੂ ਕਰਦਿਆਂ ਬਹਿ ਗਿਆ, ਬਈ ਤੁਹਾਨੂੰ ਸ਼ੱਕ ਹੈ ਤਾਂ ਤਫਤੀਸ਼ ਕਰ ਲਓ। ਰਾਜੇ ਦੇ ਇਕੱਲੇ ਹੋਏ ਬੰਦੇ ਤਫਤੀਸ਼ ਕਰ ਰਹੇ ਸਨ, ਸੌਦੇ ਚੁੱਕਦੇ ਨੇ, ਆਪਣੇ ਤੱਕੜ ਵਿੱਚ ਪਾਉਂਦੇ ਨੇ, ਇੱਕ ਸਿਰ ਹੋ ਗਿਆ, ਹੁਣ ਉਹਦਾ ਤੱਕੜ ਤੋਲਦੇ ਨੇ, ਇਕੱਲੇ ਇਕੱਲੇ ਬੱਟੇ ਦਾ ਨਾਪ ਤੋਲ ਕੀਤਾ ਗਿਆ। ਇੱਧਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਬੈਠੇ ਨੇ, ਤਖ਼ਤ ਸਿੰਘਾਸਣ 'ਤੇ ਬੈਠੇ ਆ, ਹਜ਼ੂਰ ਚਰਨਾਂ ਵਿੱਚ ਚੜ੍ਹੀ ਹੋਈ ਭੇਟਾ ਪਾਤਸ਼ਾਹ ਨੇ ਉਹ ਸਿੱਕੇ ਚੁੱਕ ਲਏ। ਸਾਰੀ ਸੰਗਤ ਵੇਖਦੀ ਹੈ, ਅੱਗੇ ਕਦੇ ਗੁਰੂ ਅਰਜਨ ਦੇਵ ਮਹਾਰਾਜ ਸੰਗਤ ਦੀ ਭੇਟਾ ਹੱਥ ਦੇ ਸਿੱਕੇ ਨਹੀਂ ਚੁੱਕਦੇ, ਅੱਜ ਪੈਸੇ ਕਿਉਂ ਚੁੱਕੇ ਨੇ? ਕਦੇ ਹਜ਼ੂਰ ਸਿੱਕੇ ਚੁੱਕੇ ਹੋਏ ਉਹ ਸੰਗਤ ਦੀ ਦਰਸ਼ਨ ਭੇਟ ਖੱਬੇ ਹੱਥ 'ਤੇ ਰੱਖਦੇ ਨੇ, ਕਦੇ ਹਜ਼ੂਰ ਉਹਨੂੰ ਇੱਦਾਂ ਤੋਲ ਕੇ ਸੱਜੇ ਹੱਥ 'ਤੇ ਰੱਖ ਲੈਂਦੇ ਨੇ। ਸੰਗਤ ਬੜੀ ਹੈਰਾਨ ਹੈ, ਅੱਜ ਮਹਾਰਾਜ ਪੈਸੇ ਹੱਥ ਉੱਤੇ ਤੋਲ ਤੋਲ ਕੇ ਵੇਖ ਰਹੇ ਨੇ, ਅੱਜ ਕੀ ਹੋਇਆ? ਕਦੇ ਹਜ਼ੂਰ ਸਿੱਕਿਆਂ ਨੂੰ ਹੱਥ ਹੀ ਨਹੀਂ ਲਾਉਂਦੇ, ਅੱਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਭੇਟਾ ਚੁੱਕੀ ਹੈ। ਕਈ ਵੇਖਦੇ ਨੇ ਸ਼ਾਇਦ ਕਿਸੇ ਦੀ ਭੇਟਾ ਬਹੁਤ ਚੰਗੀ ਹੋਣੀ ਹੈ, ਕੋਈ ਕਹਿੰਦਾ ਸ਼ਾਇਦ ਭੇਟਾ ਖੋਟੀ ਹੋਣੀ ਹੈ, ਪਾਤਸ਼ਾਹ ਨਾਪ ਤੋਲ ਕਰ ਰਹੇ ਨੇ। ਕਿੰਨੇ ਮਿੰਟ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਜੇ ਖੱਬੇ ਹੱਥ ਉੱਤੇ ਮੋਹਰਾਂ ਰੱਖ ਕੇ ਅੱਗੇ ਪਿੱਛੇ ਤੋਲਦੇ ਰਹੇ, ਫਿਰ ਥੋੜ੍ਹੇ ਸਮੇਂ ਬਾਅਦ ਸਾਰੀਆਂ ਮੋਹਰਾਂ ਰੱਖ ਦਿੱਤੀਆਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਸਿੱਖਾਂ ਨੇ ਪੁੱਛਿਆ, ਮਹਾਰਾਜ ਅੱਜ ਪੈਸੇ ਮੋਹਰਾਂ ਚੁੱਕ ਕੇ ਤੁਸੀਂ ਹੱਥ ਉੱਤੇ ਤੋਲਦੇ ਰਹੇ, ਕਦੇ ਸੱਜੇ ਕਦੇ ਖੱਬੇ, ਮਹਾਰਾਜ ਸਮਝ ਨਹੀਂ ਆਈ, ਪੈਸੇ ਗਿਣ ਰਹੇ ਸੀ, ਤੋਲ ਰਹੇ ਸੀ, ਕਰ ਕੀ ਰਹੇ ਸੀ? ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਮੁਸਕਰਾ ਕੇ ਕਿਹਾ, ਕਹਿੰਦੇ ਭਾਈ ਸਾਡੇ ਸ਼ਰਨ ਵਿੱਚ ਪਿਆਂ ਨੂੰ ਲਾਜ ਰੱਖਣ ਦੀ ਵਾਰੀ ਆ ਗਈ ਸੀ, ਕੋਈ ਸਾਡੇ ਗੁਰਸਿੱਖ ਨੂੰ ਬਦਨਾਮ ਕਰਨਾ ਚਾਹੁੰਦਾ ਸੀ, ਕਿਸੇ ਨੇ ਨੌਕਰ ਨੂੰ ਲਾਲਚ ਦੇ ਕੇ ਸਾਡੇ ਸਿੱਖ ਦਾ ਤੱਕੜ ਕੰਡਾ ਵਿਗਾੜ ਦਿੱਤਾ, ਉਹ ਗੁਰੂ ਦੇ ਸਿੱਖ ਨੂੰ ਬਦਨਾਮ ਕਰਨਾ ਚਾਹੁੰਦੇ ਸੀ, ਅਸੀਂ ਆਪਣੇ ਸਿੱਖ ਦੀ ਲਾਜ ਰੱਖੀ ਹੈ, ਦਰ 'ਤੇ ਪਿਆਂ ਹੋਇਆਂ ਦੀ ਸ਼ਰਮ ਹੁੰਦੀ ਹੈ, ਜਿਹਨੇ ਕੰਡਾ ਵਿਗਾੜਿਆ। ਪਾਤਸ਼ਾਹ ਕਹਿੰਦੇ ਉੱਨੀਆਂ ਮੋਹਰਾਂ ਦਾ ਹੱਥ ਖੱਬੇ ਸੱਜੇ ਭਾਰ ਪਾ ਕੇ ਉਹਦਾ ਤੱਕੜ ਬਰਾਬਰ ਕਰਦੇ ਰਹੇ, ਤਫਤੀਸ਼ ਕਰਨ ਵਾਲੇ ਤੱਕੜੀ ਤੋਲਦੇ ਰਹੇ। ਉਹ ਕੰਡੇ ਵਿੱਚ ਗੁਰੂ ਨੇ ਘਾਟਾ ਨਹੀਂ ਪੈਣ ਦਿੱਤਾ, ਜਿੰਨਾ ਸੌਦਾ ਰੱਖ ਕੇ ਤੋਲਣ ਬਰਾਬਰ ਹੋਵੇ। ਅਖੀਰ ਤਫਤੀਸ਼ ਕਰਨ ਵਾਲਿਆਂ ਨੇ ਲਿਖ ਕੇ ਦਿੱਤਾ, ਭਾਈ ਸਿੱਖਾ ਤੇਰੇ ਤੱਕੜ ਵਿੱਚ ਕੰਡੇ ਵਿੱਚ ਕੋਈ ਨੁਕਸ ਨਹੀਂ, ਤੇਰੇ ਧੰਦੇ ਵਿੱਚ ਕੋਈ ਬੇਈਮਾਨੀ ਨਹੀਂ, ਜਾ ਕੇ ਨਵਾਬ ਰਾਜੇ ਨੂੰ ਕਹਿ ਦਿੱਤਾ, ਉਹ ਤਾਂ ਸਿੱਖ ਸਚਿਆਰ ਹੈ ਜੀ, ਉਹਦੇ ਤੱਕੜ ਕੰਡੇ ਵਿੱਚ ਪਾਸਕੂ ਕਿਸੇ ਤਰ੍ਹਾਂ ਦਾ ਨੁਕਸ ਨਹੀਂ। ਜਿਹੜੇ ਈਰਖਾ ਕਰਨ ਵਾਲੇ ਬਾਜ਼ਾਰ ਵਾਲੇ ਉਹ ਸਭ ਬਾਹਰ ਖੜ ਕੇ ਦੁਕਾਨਾਂ ਤੋਂ ਵੇਖਦੇ ਸੀ, ਹੁਣ ਉਹਦਾ ਕੰਡਾ ਘੱਟ ਪਾਇਆ ਜਾਣਾ, ਹੁਣ ਉਹਦੀ ਦੁਕਾਨ ਸੀਲ ਹੋ ਜਾਣੀ ਹੈ, ਹੁਣ ਬਾਜ਼ਾਰ ਵਿੱਚੋਂ ਉਹਨੂੰ ਚੋਰ ਕਹਿ ਕੇ ਬਦਨਾਮ ਕਰਾਂਗੇ। ਪਰ ਜਦੋਂ ਤਫਤੀਸ਼ ਵਾਲਿਆਂ ਕਿਹਾ ਬਿਲਕੁਲ ਸਹੀ ਹੈ, ਸਭ ਦੀਆਂ ਸ਼ਰਮ ਨਾਲ ਅੱਖਾਂ ਝੁੱਕ ਗਈਆਂ, ਕਿਉਂ? ਗੁਰੂ ਆਪਣੇ ਸ਼ਰਨ ਵਿੱਚ ਪਿਆਂ ਦੀ ਲਾਜ ਜ਼ਰੂਰ ਰੱਖਦਾ ਹੈ।